ਗੁਰੂ ਪਿਆਰਿਓ, ਗੁਰੂ ਸਵਾਰਿਓ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਅਤੇ ਇਹ ਜੋ ਬੇਨਤੀਆਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਜੋ ਅੱਧੀ ਰਾਤੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗਿਆ, ਅਤੇ ਪਹਿਰਾ ਲੱਗਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੀ ਹੈਰਾਨ ਅਤੇ ਉਹ ਸੋਚਣ 'ਤੇ ਮਜਬੂਰ ਹੋ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਆਏ ਦਿਨ ਇਹ ਕੀ ਹੋ ਰਿਹਾ। ਅੱਧੀ ਰਾਤ ਦਾ ਉਹ ਵਕਤ ਸੀ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਕੀਰਤਨ ਸੋਹਿਲਾ ਦਾ ਪਾਠ ਕਰਨ ਉਪਰੰਤ ਜਦੋਂ ਸੌਣ ਦੇ ਲਈ ਆਪਣੇ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਅਚਾਨਕ ਹੀ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗਿਆ ਅਤੇ ਰਿਹਾਈ ਵਾਲਾ ਦਿਨ ਵੀ ਦੱਸਿਆ ਕਿ ਇਸ ਦਿਨ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ 'ਚੋਂ ਬਾਹਰ ਆ ਜਾਣਗੇ। ਸੋ ਸਾਧ ਸੰਗਤ ਜੀ, ਸ਼ਹੀਦਾਂ ਸਿੰਘਾਂ ਦਾ ਪਹਿਰਾ ਉਹਨਾਂ ਦੇ ਉੱਪਰ ਹੀ ਲੱਗਦਾ ਹੈ ਜਿਹੜੇ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜਦੇ ਨੇ, ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ। ਅਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਨੇ ਕਦੇ ਵੀ ਇੱਦਾਂ ਦਾ ਦਿਨ ਮਿਸ ਨਹੀਂ ਕੀਤਾ ਜਿਸ ਦਿਨ ਬਾਣੀ ਨਾ ਪੜ੍ਹੀ ਹੋਵੇ। ਸਵੇਰ ਤੋਂ ਲੈ ਕੇ ਰਾਤ ਤੱਕ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ। ਅਤੇ ਸਾਧ ਸੰਗਤ ਜੀ, ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗਣਾ ਤਾਂ ਫਿਰ ਲਾਜ਼ਮੀ ਹੈ। ਅਤੇ ਅੱਧੀ ਰਾਤੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਅਜਿਹਾ ਕੀ ਹੋਇਆ, ਐਸੇ ਵਿਸ਼ੇ 'ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਜੋ ਤਰਕਸ਼ਾਲੀ ਲੋਕ ਨੇ ਉਹ ਸਾਡੀ ਗੱਲ ਨਾਲ ਸਹਿਮਤ ਨਹੀਂ ਹੋਣਗੇ, ਪਰ ਸਹਿਮਤ ਨਾ ਵੀ ਹੋਣ ਪਰ ਸਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੇ ਲੋਕ ਨਾਮ ਸਿਮਰਨ ਕਰਦੇ ਨੇ ਜਾਂ ਜਿਹੜੇ ਬਾਣੀ ਦੇ ਨਾਲ ਜੁੜੇ ਹੋਏ ਨੇ, ਅਕਸਰ ਹੀ ਤੁਸੀਂ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਹੋ ਤਾਂ ਗੁਰਦੁਆਰਾ ਬਾਬਾ ਦੀਪ ਸਿੰਘ ਹੈ, ਐਤਵਾਰ ਵਾਲੇ ਦਿਨ ਦੇਖਿਓ ਤੁਹਾਨੂੰ ਸਿੱਖ ਸੰਗਤਾਂ ਉੱਥੇ ਚੁਪਹਿਰਾ ਸਾਹਿਬ ਦਾ ਪਾਠ ਕਰਦਿਆਂ ਹੋਇਆ ਨਜ਼ਰ ਆਉਣਗੀਆਂ। ਸਾਧ ਸੰਗਤ ਜੀ, ਚੁਪਹਿਰਾ ਸਾਹਿਬ ਦਾ ਜੋ ਪਾਠ ਹੁੰਦਾ ਹੈ ਨਾ, ਇਸ ਦੇ ਵਿੱਚ ਸ਼ਹੀਦਾਂ ਸਿੰਘਾਂ ਦਾ ਪਹਿਰਾ ਆਪ ਲੱਗਦਾ ਆ ਕੇ। ਸ਼ਹੀਦ ਸਿੰਘ ਸਾਹਮਣੇ ਆ ਕੇ ਖੜ੍ਹੇ ਹੋ ਜਾਂਦੇ ਨੇ। ਸਾਧ ਸੰਗਤ ਜੀ, ਲੱਖਾਂ ਹੀ ਲੋਕਾਂ ਨੇ ਐਕਸਪੀਰੀਅੰਸ ਕੀਤਾ ਹੈ। ਇਹ ਚੁਪਹਿਰਾ ਸਾਹਿਬ ਦਾ ਜੋ ਪਾਠ ਹੁੰਦਾ ਹੈ ਇਹ ਦੁਪਹਿਰ ਦੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਲਗਾਤਾਰ ਚੱਲਦਾ ਹੈ, ਜਿਸ ਦੇ ਵਿੱਚ 5 ਬਾਣੀਆਂ ਜਪਜੀ ਸਾਹਿਬ ਹੁੰਦਾ, ਸੁਖਮਣੀ ਸਾਹਿਬ ਹੁੰਦਾ, ਜਾਪ ਸਾਹਿਬ ਹੁੰਦਾ, ਚੁਪਈ ਸਾਹਿਬ ਹੁੰਦਾ, ਆਨੰਦ ਸਾਹਿਬ ਦਾ ਪਾਠ ਹੁੰਦਾ। ਅਤੇ ਸਾਧ ਸੰਗਤ ਜੀ, ਜੇ ਕੋਈ ਸੱਚੇ ਮਨ ਦੇ ਨਾਲ ਸ਼ਹੀਦਾਂ ਸਿੰਘਾਂ ਦੀ ਜੋਤ ਕਰਕੇ ਇਸ ਚੁਪਹਿਰਾ ਸਾਹਿਬ ਦਾ ਪਾਠ ਆਪਣੇ ਘਰ ਦੇ ਵਿੱਚ ਵੀ ਕਰ ਲਵੇ ਨਾ, ਤਾਂ ਸ਼ਹੀਦ ਸਿੰਘ ਆਪ ਹਾਜ਼ਰ ਨਾਜ਼ਰ ਹੋ ਕੇ ਉਸ ਸ਼ਖਸ ਦੀ, ਉਸ ਗੁਰੂ ਦੇ ਸਿੱਖ ਦੀ ਹਰ ਮੁਰਾਦ ਪੂਰੀ ਕਰਨਗੇ। ਅਤੇ ਸਾਧ ਸੰਗਤ ਜੀ, ਦੱਸ ਦੇਈਏ ਕਿ ਜੋ ਗੁਰੂ ਦਾ ਸੱਚਾ ਸਿੱਖ ਹੈ ਉਸ ਦੇ ਨਾਲ ਤਾਂ ਸ਼ਹੀਦਾਂ ਸਿੰਘਾਂ ਦਾ ਪਹਿਰਾ ਹਰ ਵਕਤ ਮੌਜੂਦ ਰਹਿੰਦਾ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੇਕਰ ਆਪਾਂ ਇਹਨਾਂ ਦਾ ਜ਼ਿਕਰ ਕਰੀਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਇਸ ਵਕਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਪਰ ਭਾਈ ਅੰਮ੍ਰਿਤਪਾਲ ਸਿੰਘ ਨੇ ਕਦੇ ਵੀ ਇੱਦਾਂ ਦਾ ਜੋ ਵਕਤ ਹੈ ਜਾਂ ਇੱਦਾਂ ਦਾ ਕੋਈ ਸਮਾਂ ਜਾਂ ਇੱਦਾਂ ਦਾ ਦਿਨ ਜਿਹੜਾ ਗੁਰੂ ਦੀ ਬਾਣੀ ਤੋਂ ਬਿਨਾਂ ਕੱਢਿਆ।
ਭਾਈ ਅੰਮ੍ਰਿਤਪਾਲ ਸਿੰਘ ਸਵੇਰੇ 3 ਵਜੇ ਉੱਠ ਜਾਂਦੇ ਨੇ, ਉੱਠਦੇ ਸਾਰ ਹੀ 5 ਬਾਣੀਆਂ ਦਾ ਪਾਠ ਕਰਦੇ ਨੇ। ਉਸ ਤੋਂ ਬਾਅਦ ਦਿਨੇ ਵੀ ਆਪਣੇ ਸਾਥੀਆਂ ਦੇ ਨਾਲ ਗੁਰੂ ਦੀ ਵਿਚਾਰਧਾਰਾ ਦੇ ਉੱਪਰ ਚਰਚਾ ਹੁੰਦੀ ਰਹਿੰਦੀ ਹੈ। ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਕੇ ਅਤੇ ਰਾਤ ਨੂੰ ਕੀਰਤਨ ਸੋਹਰੇ ਦਾ ਪਾਠ ਹੁੰਦਾ ਸਾਧ ਸੰਗਤ ਜੀ, ਅਤੇ ਉਸ ਤੋਂ ਉਪਰੰਤ ਘੰਟਾ ਘੰਟਾ 2-2 ਘੰਟੇ, ਕਈ ਕਈ ਵਾਰੀ ਤਾਂ 4-4 5-5 ਘੰਟੇ ਵੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਚੌਂਕੜਾ ਮਾਰ ਕੇ ਨਾਮ ਸਿਮਰਨ ਕਰਨ ਲੱਗ ਜਾਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ। ਅਤੇ ਸਾਧ ਸੰਗਤ ਜੀ, ਸ਼ਹੀਦ ਸਿੰਘ ਆਪ ਹਾਜ਼ਰ ਹੁੰਦੇ ਨੇ ਇਸ ਮੌਕੇ 'ਤੇ। ਜੇਲ੍ਹ ਪ੍ਰਸ਼ਾਸਨ ਵੀ ਕਈ ਵਾਰ ਹੈਰਾਨ ਹੋਇਆ ਹੈ ਕਿ ਜੇਲ੍ਹ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪਾਠ ਕਰਦੇ ਨੇ ਤਾਂ ਉਸ ਵਕਤ ਇੱਕ ਰੌਸ਼ਨੀ ਆਉਂਦੀ ਹੈ, ਉਸ ਰੌਸ਼ਨੀ ਦੇ ਅੱਗੇ ਸੂਰਜ ਵੀ ਫਿੱਕਾ ਹੈ। ਇਕੱਲਾ ਇੱਕ ਸੂਰਜ ਨਹੀਂ, ਜੇਕਰ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਹਜ਼ਾਰਾਂ ਚੰਦਰਮਾ ਵੀ ਚੜ੍ਹ ਜਾਣ, ਅਤੇ ਉਸ ਰੌਸ਼ਨੀ ਦਾ ਮੁਕਾਬਲਾ ਨਹੀਂ ਕਰ ਸਕਦੇ ਜਿਹੜੀ ਰੌਸ਼ਨੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਕਮਰੇ ਦੇ ਵਿੱਚ ਆਉਂਦੀ ਹੈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਣੀ ਪੜ੍ਹਦੇ ਨੇ ਜਾਂ ਫਿਰ ਚੌਂਕੜਾ ਮਾਰ ਕੇ ਨਾਮ ਸਿਮਰਨ ਕਰਦੇ ਨੇ। ਅਤੇ ਸਾਧ ਸੰਗਤ ਜੀ, ਤੁਹਾਡੇ ਮਨ ਦੇ ਵਿੱਚ ਇਹ ਵੀ ਸਵਾਲ ਆਉਂਦਾ ਹੋਵੇਗਾ ਕਿ ਉਹ ਰੌਸ਼ਨੀ ਦਿਖਦੀ ਕਿਸ ਨੂੰ ਹੈ? ਬਾਹਰਲੀਆਂ ਅੱਖਾਂ ਉਸ ਰੌਸ਼ਨੀ ਨੂੰ ਨਹੀਂ ਦੇਖ ਸਕਦੀਆਂ ਸਾਧ ਸੰਗਤ ਜੀ। ਉਸ ਰੌਸ਼ਨੀ ਨੂੰ, ਉਸ ਚਾਨਣ ਨੂੰ ਜੇਕਰ ਦੇਖਣਾ ਹੈ ਤਾਂ ਗੁਰੂ ਵਾਲੇ ਬਣਨਾ ਪੈਣਾ ਹੈ, ਗੁਰੂ ਦੀ ਵਿਚਾਰਧਾਰਾ ਨੂੰ ਮੰਨਣਾ ਪੈਣਾ ਸਾਧ ਸੰਗਤ ਜੀ, ਫਿਰ ਆਪਾਂ ਉਸ ਰੌਸ਼ਨੀ ਨੂੰ ਮਹਿਸੂਸ ਕਰ ਸਕਦੇ ਹਾਂ ਜਿਹੜੀ ਰੌਸ਼ਨੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਕਮਰੇ ਦੇ ਵਿੱਚ ਉਸ ਵਕਤ ਦੇਖਣ ਨੂੰ ਮਿਲਦੀ ਹੈ ਜਿਸ ਵਕਤ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਪਾਠ ਕਰ ਰਹੇ ਹੁੰਦੇ ਨੇ। ਅਤੇ ਉਸ ਰੌਸ਼ਨੀ ਦੇ ਆਉਣ ਦਾ ਕਾਰਨ ਕੀ ਹੈ? ਸ਼ਹੀਦਾਂ ਸਿੰਘਾਂ ਦਾ ਪਹਿਰਾ। ਅਤੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਐਵੇਂ ਹਰ ਕਿਸੇ 'ਤੇ ਨਹੀਂ ਲੱਗ ਸਕਦਾ, ਉਹਦੇ ਵਾਸਤੇ ਨਾਮ ਜਪਣਾ ਪੈਂਦਾ, ਬਾਣੀ ਪੜ੍ਹਨੀ ਪੈਂਦੀ ਹੈ, ਗੁਰੂ ਦੀ ਵਿਚਾਰਧਾਰਾ ਨੂੰ ਮੰਨਣਾ ਪੈਂਦਾ, ਅਤੇ ਸ਼ਹੀਦਾਂ ਸਿੰਘਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਸਾਧ ਸੰਗਤ ਜੀ ਉਸ ਬਾਣੀ ਦਾ ਜਾਪ ਕਰਨਾ ਪੈਂਦਾ। ਅਤੇ ਜੋ ਖਾਲਸਾ ਹੁੰਦਾ ਹੈ, ਚਾਹੇ ਕਿਸੇ ਵੀ ਔਕੜ ਦੇ ਵਿੱਚ ਹੋਵੇ, ਕਿਸੇ ਵੀ ਭੀੜ ਦੇ ਵਿੱਚ ਹੋਵੇ, ਜੇਕਰ ਉਹ ਬਾਣੀ ਦਾ ਲੜ ਨਹੀਂ ਛੱਡਦਾ ਤਾਂ ਸ਼ਹੀਦ ਸਿੰਘ ਹਮੇਸ਼ਾ ਹੀ ਉਸਦੇ ਅੰਗ ਸੰਗ ਸਹਾਈ ਹੁੰਦੇ ਨੇ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਨਾਲ ਸ਼ਹੀਦਾਂ ਸਿੰਘਾਂ ਦਾ ਜੋ ਪਹਿਰਾ ਹੈ ਉਹ ਹਰ ਵਕਤ 24 ਘੰਟੇ ਮੌਜੂਦ ਰਹਿੰਦਾ ਹੈ। ਉਸਦੇ ਪਿੱਛੇ ਕਾਰਨ ਹੀ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹਮੇਸ਼ਾ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ, ਬਾਣੀ ਦਾ ਜਾਪ ਕਰਦੇ ਰਹਿੰਦੇ ਨੇ। ਸੋ ਸਾਧ ਸੰਗਤ ਜੀ, ਹੁਣ ਆਪਾਂ ਕੋਸ਼ਿਸ਼ ਇਹੀ ਕਰਨੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਉਹ ਜਲਦੀ ਤੋਂ ਜਲਦੀ ਜੇਲ੍ਹ 'ਚੋਂ ਬਾਹਰ ਆ ਜਾਣ, ਜਿਵੇਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਏਕਤਾ ਬਣਾ ਕੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਵੱਡੀ ਲੀਡ ਦਿੱਤੀ, ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਭਾਈ ਅੰਮ੍ਰਿਤਪਾਲ ਸਿੰਘ ਨੇ, ਅਤੇ ਉਸੇ ਤਰੀਕੇ ਦੇ ਨਾਲ ਉਹ ਵਕਤ ਵੀ ਬਹੁਤ ਜਲਦੀ ਆ ਜਾਵੇਗਾ ਜਿਸ ਵਕਤ ਸਾਨੂੰ ਇਹ ਖਬਰ ਸੁਣਨ ਨੂੰ ਮਿਲੇਗੀ ਕਿ ਭਾਈ ਅੰਮ੍ਰਿਤਪਾਲ ਸਿੰਘ ਅੱਜ ਜੇਲ੍ਹ 'ਚੋਂ ਰਿਹਾ ਹੋ ਰਹੇ ਨੇ। ਅਤੇ ਸਾਧ ਸੰਗਤ ਜੀ, ਉਸੇ ਹੀ ਵਕਤ ਦੀ ਸਿੱਖ ਸੰਗਤਾਂ ਨੂੰ ਉਡੀਕ ਹੈ, ਗੁਰੂ ਮਹਾਰਾਜ ਅਤੇ ਸ਼ਹੀਦ ਸਿੰਘ ਆਪ ਕਿਰਪਾ ਕਰਨਗੇ, ਭਾਈ ਅੰਮ੍ਰਿਤਪਾਲ ਸਿੰਘ ਜਲਦ ਹੀ ਜੇਲ੍ਹ 'ਚੋਂ ਬਾਹਰ ਹੋਣਗੇ। ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ।